ਬਾਅਦ ਹੈ ਸਾਡੇ ਦੋਸਤਾਂ ਨੇ ਕਿਹਾ ਵੀ ਰਿਗਵੇਦ ਵੀ ਤਾਂ ਇਸ ਧਰਤੀ ਤੇ ਪੈਦਾ ਹੋਇਆ ਪੰਜਾਬ ਦੀ ਧਰਤੀ ਤੇ ਉਹ ਰਿਸ਼ੀਆਂ ਹੋਈਆਂ ਤੇ ਉਹ ਪ੍ਰਵਚਨ ਉਹਦੇ ਬਾਰੇ ਵੀ ਸਾਨੂੰ ਇੱਕ ਸੈਮੀਨਾਰ ਕਰਨਾ ਚਾਹੀਦਾ ਇਹ ਸੋਚ ਇੱਕ ਨਵਾਂ ਜਿਹੜਾ ਇੱਕ ਵਿਚਾਰ ਸੀ ਜਿਹੜਾ ਪੰਜਾਬੀਅਤ ਦੇ ਉਸ ਗੌਰਵ ਨੂੰ ਮੁੜ ਕੇ ਸਥਾਪਿਤ ਕਰਨ ਦੇ ਉਹ ਯਤਨਸ਼ੀਲ ਜਿਸ ਤੋਂ ਅਸੀਂ ਕਮਿਊਨਲਾਈਜ਼ ਹੋ ਕੇ ਸੰਪਰਦਾਇਕਤਾ ਦੀ ਭਾਵਨਾ ਦੇ ਕਾਰਨ ਵੱਡੇ ਤੇ ਟੁੱਟੇ ਜਾ ਰਹੇ ਸਨ ਇਹ ਮਾਹੌਲ ਮੇਰੇ ਉਹਨਾਂ ਦੋਸਤਾਂ ਨੇ ਲੁਧਿਆਣੇ ਦੇ ਵਿੱਚ ਉਹਨਾਂ ਅੰਮ੍ਰਿਤਸਰ ਲੱਗੇ ਤੋਂ ਬਾਅਦ ਦਾ ਜਿਹੜਾ ਫਿਰ ਮਾਹੌਲ ਸਿਰਜਿਆ ਉਹਦੇ ਵਿੱਚ ਡਾਕਟਰ ਨੂਰ ਸ਼ਾਮਿਲ ਸਨ ਹੋਰ ਵੀ ਦੋਸਤਾਂ ਕਿਉਂਕਿ ਡਾਕਟਰ ਨੂਰ ਹੀ ਕਦੇ ਨਹੀਂ ਸਨ ਇਹ ਕੰਮ ਵੀ ਕਦੇ ਬੰਦੇ ਦਾ ਨਹੀਂ ਹੈ ਕਿ ਪੰਜਾਬੀਆਂ ਨੂੰ ਉਸ ਕਲੇਸ਼ ਤੋਂ ਕੱਢਣਾ ਜਿਹਦੇ ਵਿੱਚ ਅੱਜ ਕਸ਼ਮੀਰ ਪਿਆ ਹੋਇਆ ਹੈ ਕਸ਼ਮੀਰ ਵਾਲੇ ਵੀ ਉਸੇ ਮਾਡਲ ਦੇ ਉੱਪਰ ਕੰਮ ਕਰ ਰਹੇ ਰਾਣੀ ਵਾਲੀ ਸਾਨੂੰ ਹੁਣ ਜਦੋਂ ਉਹ ਕਸ਼ਮੀਰੀ ਲੋਕਾਂ ਦੀ ਮਾਨਸਿਕਤਾ ਨੂੰ ਉਸ ਕਲੇਸ਼ ਤੋਂ ਮੁਕਤ ਕਰਾਉਣਾ ਚਾਹੁੰਦੇ ਨੇ ਤੇ ਸਾਂਝੇ ਸਰੋਤਾਂ ਨੂੰ ਉਹ ਤਲਾਸ਼ ਕਰ ਰਹੇ ਉਹ ਲੜ ਲੈਣ ਨੂੰ ਉਹਦੇ ਬਚਨਾਂ ਨੂੰ ਔਰ ਦੂਸਰੇ ਜਿਹੜਾ ਰਿਸ਼ੀ ਹੈ ਰਿਸ਼ੀ ਪਰੰਪਰਾ ਉਹਨਾਂ ਦੀ ਹੈਗੀ ਹੈ ਸੂਫੀਆਂ ਦੀ ਪਰੰਪਰਾ ਨੂੰ ਰਿਸ਼ੀ ਪਰੰਪਰਾ ਆਖਦੇ ਨੇ ਕਸ਼ਮੀਰ ਖਾਲਿਦ ਹੁਸੈਨ ਮੇਰੇ ਸਾਡੇ ਦੋਸਤ ਨੇ ਉੱਥੇ ਅਸਲ ਕਹਿਣ ਦਾ ਇਹ ਹੈ ਕਿ ਜਦੋਂ ਵੀ ਕੋਈ ਸੱਭਿਆਚਾਰਕ ਭਾਈਚਾਰਾ ਕੋਈ ਕਮਿਊਨਿਟੀ ਕ੍ਰਾਈਸਿਸ ਵਿੱਚ ਹੁੰਦੀ ਹੈ ਉਦੋਂ ਉਸਨੂੰ ਆਪਣੇ ਵਿਰਸੇ ਦੇ ਉਹਨਾਂ ਸਾਂਝੇ ਪ੍ਰਤੀਮਾਨਾਂ ਦੇ ਵੱਲ ਮੁੜਨਾ ਪੈਂਦਾ ਉਹਨਾਂ ਦੀ ਸੂਝ ਤੇ ਸਮਝ ਹੋਣੀ ਚਾਹੀਦੀ ਹੈ ਇਹ ਗੱਲ ਉਸ ਵੇਲੇ ਜਿੰਨੀ ਜ਼ਰੂਰੀ ਸੀ ਉਸ ਜ਼ਰੂਰਤ ਨੂੰ ਪੂਰਾ ਕਰਨ ਦੇ ਵਿੱਚ ਸਾਰੀ ਟੀਮ ਨੇ ਜਿਹਦੇ ਆਗੂ ਡਾਕਟਰ ਨੂਰ ਸਨ ਉਹ ਬਹੁਤ ਹੀ ਸਕ੍ਰਿਯ ਰੋਲ ਅਦਾ ਕੀਤਾ ਪੰਜਾਬੀ ਮਾਨਸਿਕਤਾ ਜਿਹੜੀ ਪ੍ਰਗਤੀਸ਼ੀਲ ਸਹਿਜ ਦੀਆਂ ਕਦਰਾਂ ਕੀਮਤਾਂ ਦੇ ਨਾਲ ਉਸਰੀ ਹੋਈ ਸੀ ਅਤੇ ਉਹਨੂੰ ਕਮਿਊਨਾਈਜ਼ ਕੀਤਾ ਜਾ ਰਿਹਾ ਸੀ ਉਸ ਨੂੰ ਠੱਲ ਪਾਉਣ ਦੇ ਵਿੱਚ ਇਹ ਸਾਰੀ ਟੀਮ ਦਾ ਇੱਕ ਬਹੁਤ ਵੱਡਾ ਯੋਗਦਾਨ ਇਹ ਦੋ ਚੀਜ਼ਾਂ ਜਿਹੜੀਆਂ ਮੈਨੂੰ ਲੱਗਿਆ ਕਿ ਡਾਕਟਰ ਨੂਰ ਦੇ ਕੋਲ ਉਹ ਵਿਜ਼ਨ ਸੀ ਕਿ ਜਿਹੜਾ ਨਵੇਂ ਗਿਆਨ ਨੂੰ ਤੇ ਆਪਣੇ ਵਿਰਸੇ ਦੇ ਗਿਆਨ ਨੂੰ ਜੋੜ ਕੇ ਤਰਾਸ਼ ਕਰ ਰਿਹਾ ਸੀ ਫਾਰਚੂਨੇਟਲੀ ਮੈਂ ਜਦੋਂ ਦੇਖਿਆ ਵੀ ਡਾਕਟਰ ਨੂਰ ਨੇ ਮਾਡਰਨ ਲਿਟਰੇਚਰ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਮੈਂ ਕਿਹਾ ਮੈਂ ਇਹਨਾਂ ਨਾਲ ਕੰਪੀਟ ਨਹੀਂ ਕਰ ਸਕਦਾ ਉਮਰ 'ਚ ਮੈਂ ਉਹਨਾਂ ਨਾਲ 3 ਸਾਲ ਵੱਡਾ ਸਾਂ ਪਰ ਮੈਨੂੰ ਲੱਗਿਆ ਕਿ ਅਕਲ ਅਤੇ ਮੇਲਣ ਵਾਲੇ ਇਹ ਬੱਚੇ ਨੇ ਮੈਂ ਉਹਨਾਂ ਨੂੰ ਆਪਣਾ ਗੁਰੂ ਮੰਨਦਾ ਸੀ ਇੱਕ ਤਾਂ ਮੈਨੂੰ ਸਟੇਜ ਦੇ ਉੱਪਰ ਬੋਲਣ ਦਾ ਨਾ ਇੰਨਾ ਜ਼ਿਆਦਾ ਹੈ ਨਹੀਂ ਸੀ ਅਭਿਆਸ ਮੈਂ ਉਹਨਾਂ ਨੂੰ ਦੇਖ ਰੇਖ ਕੇ ਸਿੱਖਿਆ ਸਟੇਜ ਜਾਂਦੇ ਮੇਰੀ ਲੱਤਾਂ ਕੰਬਣੇ ਸ਼ੁਰੂ ਕਲਾਸ 'ਚ ਤਾਂ ਪ੍ਰੋਗਰਾਮ ਪੁੱਛੀ ਹੈ ਆਮ ਸਟੇਜ 'ਤੇ ਬੋਲਣਾ ਪੁੱਛੀ ਹੈ ਡਾਕਟਰ ਨੂਰ ਦਾ ਡਿਬੇਟਰ ਹੈ ਡਿਬੇਟਰ ਹੋਣ ਦਾ ਉਹਨਾਂ ਨੇ ਬਹੁਤ ਲਾਭ ਉਠਾਇਆ ਚਿੰਤਨ ਦੇ ਵਿੱਚ ਵੀ ਉਹਨਾਂ ਨੇ ਲਾਭ ਲਿਆ ਕਿਉਂਕਿ ਡਿਬੇਟਰ ਦੀ ਜਿਹੜਾ ਡੈਕਲੇਸ਼ਨ ਕੰਟੈਸਟ ਹੁੰਦਾ ਹੈ ਉਹਦੇ 'ਚ ਪਹਿਲੀ ਗੱਲ ਇਹ ਹੁੰਦੀ ਹੈ ਕਿ ਪਹਿਲਾਂ ਪੂਰਵ ਪਕਸ਼ ਨੂੰ ਲਿਆ ਇਹ ਸਾਡੀ ਭਾਰਤੀ ਪਰੰਪਰਾ ਕਿਹਾ ਗੋਸ਼ਟੀ ਕੀ ਹੁੰਦੀ ਹੈ ਗੋਸ਼ਟੀ ਦਾ ਮਤਲਬ ਹੁੰਦਾ ਕਿ ਪਹਿਲਾਂ ਪੂਰਵ ਪਕਸ਼ ਕੀ ਹੈ ਬਣਾਏ ਕਿ ਕੋਈ ਦੂਸਰੇ ਕੀ ਕਹਿੰਦੇ ਨੇ ਫਿਰ ਉਹਦਾ ਖੰਡਨ ਬਣ ਅਤੇ ਫਿਰ ਆਪਣੀ ਗੱਲ ਇਹ ਇੱਕ ਐਸੀ ਸਿੱਕੇਬੰਦ ਜੁਗਤ ਹੈ ਜਿਹੜੀ ਸਾਡੇ ਰਿਸ਼ੀਆਂ ਨੇ ਸਾਨੂੰ ਦਿੱਤੀ ਹੈ ਗੋਸ਼ਟੀ ਦੀ ਪਰੰਪਰਾ ਹੈ ਗੁਰੂ ਨਾਨਕ ਵੀ ਉਹ ਕਰਦੇ ਨੇ ਸਿੱਧ ਗੋਸ਼ ਵਿੱਚ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜਾਏ ਸਿੱਧ ਦੇ ਸੰਤ ਦੋ ਜੀਵਨ ਵੀ ਨਹੀਂ ਹੈ ਕਹਿਣ ਦਾ ਮਤਲਬ ਹੈ ਕਿ ਡਾਕਟਰ ਨੂਰ
ਉਹ ਪਹਿਲਾਂ ਉਸ ਵਿਰੋਧੀ ਪਕਸ਼ ਨੂੰ ਸੰਬੋਧਿਤ ਕਰਦੇ ਸਨ। ਯਾਦ ਆ ਗਿਆ ਬੰਬੇ ਗਏ ਉੱਥੇ ਸਿੱਖ ਸੰਗਤ ਨੇ ਸਾਨੂੰ ਬੁਲਾ ਲਿਆ ਠੀਕ ਹੈ ਵੀ ਤੁਸੀਂ ਗੁਰੂ ਨਾਨਕ ਦੇਵ ਬਾਣੀ ਬਾਰੇ ਬੋਲਿਆ। ਉਹ ਕੁਦਰਤੀ ਗੱਲ ਹੈ ਕਿ ਮੈਂ ਅਸੀਂ ਡਾਕਟਰ ਮਨਮੋਹਨ ਡਾਕਟਰ ਮੂਲ ਸਾਰੇ ਹੀ ਅਸੀਂ ਅੱਧੇ ਅਧੂਰੇ ਸਿੱਖ ਅਤੇ ਉਹਨਾਂ ਨੇ ਪਹਿਲਾਂ ਤਾਂ ਇਹ ਮਸਲਾ ਖੜਾ ਕੀਤਾ ਕਿ ਤੁਸੀਂ ਗੁਰੂ ਸਾਹਿਬ ਬਾਰੇ ਬੋਲ ਦਿਓ ਅਤੇ ਆਪ ਤਾਂ ਸਾਬਤ ਸੂਰਤ ਸਿੱਖ ਹੈ ਨਹੀਂ ਮੂਲ ਸਾਹਿਬ ਮਿਲੋ ਕਹਿੰਦਾ ਜਿਹੜਾ ਇਹ ਰਹਿਤ ਮਰਿਆਦਾ ਦੀ ਗੱਲ ਹੈ ਰਹਿਤ ਮਰਿਆਦਾ ਕੋਈ ਦਾੜੀ ਮੁੱਛਾ ਰੱਖਣ ਦੀ ਨਹੀਂ ਹੁੰਦੀ ਰਹਿਤ ਮਰਿਆਦਾ ਦੇ ਅਰਥ ਹੋਰ ਵੀ ਹੁੰਦੇ ਪਹਿਲਾਂ ਉਹਨੂੰ ਸਮਝੋ ਫਿਰ ਸਾਨੂੰ ਕੀ ਹੁੰਦੀ ਮਤਲਬ ਉਹਨਾਂ ਨੇ ਪਹਿਲਾਂ ਪੂਰਵ ਪਕਸ਼ ਨੂੰ ਸੰਬੋਧਨ ਹੁਣ ਜੇ ਡਿਫੈਂਸਿਵ ਤੇ ਹੋਵੇ ਬੋਲਦੇ ਵੀ ਨਹੀਂ ਕੋਈ ਗੱਲ ਨਹੀਂ ਮਾਫੀ ਦੇ ਦਿਓ ਇਹ ਕਰ ਦਿਓ ਕਹਿੰਦੇ ਨਾ ਕਹਿੰਦੇ ਰਹਿਤ ਮਰਿਆਦਾ ਦਾ ਕੀ ਮਤਲਬ ਹੈ ਇੱਕ ਉਹ ਵਿਜ਼ਨਰੀ ਬੰਦਾ ਜਿਹੜਾ ਹੁਣ ਤੁਸੀਂ ਦੇਖਿਆ ਨਾ ਜਿਹੜੇ ਮੈਗਜ਼ੀਨ ਦੇ ਜਾਂ ਜਿਹੜੇ ਫੋਟੋ ਦੇ ਨਾਲ ਜਿਹੜੀਆਂ ਸਦਰਾਂ ਲਿਖੀਆਂ ਨੇ ਮੈਂ ਤੁਹਾਨੂੰ ਆਪ ਪੜ੍ਹ ਕੇ ਸੁਣਾਉਣਾ ਚਾਹੁੰਦਾ ਤੁਸੀਂ ਆਪ ਵੀ ਪੜ੍ਹੀਆਂ ਨੇ ਉਹਦੇ ਵਿੱਚੋਂ ਨੂਰ ਦੇ ਉਸ ਵਿਜ਼ਨ ਦੀ ਗੱਲ ਪਤਾ ਲੱਗਦੀ ਹੈ ਜਿਹੜਾ ਵਿਜ਼ਨ ਪੰਜਾਬੀ ਸੱਭਿਆਚਾਰ ਦੇ ਉਹਨਾਂ ਬੁਨਿਆਦੀ ਸਰੋਤਾਂ ਨਾਲ ਇੱਕ ਨਵਾਂ ਰਿਸ਼ਤਾ ਪਾਉਣਾ ਚਾਹੁੰਦਾ ਹੈ ਉਹ ਹੈ ਕਿ ਮੇਰੂ ਉਹ ਹੋਰ ਸਨ ਜਿਨ੍ਹਾਂ ਨੇ ਪੈਦਾਵਾਰ ਜਿਨ੍ਹਾਂ ਨੂੰ ਤੂੰ ਬਾਹਰ ਕਰ ਦਿੱਤਾ ਸੀ ਤੇ ਉਹ ਸਾਰੇ ਦੇ ਸਾਰੇ ਤੇਰੇ ਲਈ ਭਗਵਾਨ ਹੋ ਗਏ ਸੀ ਹੁਣ ਉਹ ਹਨ ਜਿਨ੍ਹਾਂ ਨੇ ਵਿਲਾਵਾ ਨਹੀਂ ਲਿਖਿਆ ਤੇ ਤੈਨੂੰ ਕੁਰਬਾਨ ਕਰ ਇਹ ਵਿਲਾਵਾ ਨਹੀਂ ਲਿਖਦੇ ਇਹ ਦਾਵਾ ਲਿਖਦੇ ਹਨ ਕੁਰਸੀਆਂ ਲਈ ਤੇ ਅਰਦਾਸ ਕਰਦੇ ਹਨ ਯੁਗੋ ਯੁਗ ਜਿਹੜਾ ਬੰਦਾ ਗਿਆਨ ਦੀ ਉਸ ਜੋਤ ਦੇ ਨਾਲ ਜੁੜਿਆ ਹੋਇਆ ਹੈ ਕਿ ਜਿਹੜਾ ਇਨਸਾਨੀਅਤ ਦੇ ਨਾਲ ਜੋ ਕੁਛ ਵਾਪਰ ਹੈ ਉਸ ਨੂੰ ਪੰਜਾਬੀ ਭਾਸ਼ਾ ਦੀ ਉਸ ਗ੍ਰਾਮਰ ਦੇ ਨਾਲ ਜੋੜ ਕੇ ਪੇਸ਼ ਕਰ ਰਿਹਾ ਜਿਹੜੀ ਸਾਡੀ ਸਿਮਰਤੀ ਦੇ ਵਿੱਚ ਬਿਰਦਾਨ ਚੁੱਕੇ ਜਨਮ ਸਾਡੀ ਮਿੱਥ ਬਦਕਿਸਮਤੀ ਨੂੰ ਅਸੀਂ ਮੈਂ ਇਹ ਕੀਤਾ ਬਹੁਤੇ ਬੰਦਿਆਂ ਨੇ ਮੁੱਟਾਂ ਕਹਿ ਉਹ ਗੱਲ ਟੁੱਟ ਰਹੀ ਹੈ ਕਿ ਪੰਜਾਬ ਨੂੰ ਅਸੀਂ ਸਿੱਖ ਪੰਜਾਬ ਅਤੇ ਹਿੰਦੂ ਪੰਜਾਬ ਜਿਹੜਾ ਅਨਕੋਨਸ਼ੀਅਸਲੀ ਵੰਡਿਆ ਹੋਇਆ ਸੀ ਸਿੱਖ ਸਭਾ ਲੈ ਹਰੀਆ ਸਮਾਜ ਲਿਆ ਉਹ ਵੰਡਿਆ ਗਿਆ ਸੀ ਕਿ ਜਿਵੇਂ ਸਿੱਖ ਕਹਿੰਦੇ ਨੇ ਸਾਡਾ 500 ਸਾਲ ਤੋਂ ਪਹਿਲਾਂ ਵੀ ਇਤਿਹਾਸ ਦਾ ਸਾਡਾ ਹੋ ਜਾਂਦਾ ਅਤੇ ਫਿਰ ਬਾਕੀਆਂ ਨੇ ਕਿਹਾ ਵੀ ਫਿਰ ਸਾਡਾ 500 ਸਾਲ ਤੋਂ ਬਾਅਦ ਦਾ ਜਾ ਸਕਦਾ ਇਹ ਹਰ ਪਾਸੇ ਮੈਂ ਗੱਲ ਸੀ ਪਰ ਉਹ ਹੁਣ ਟੁੱਟ ਰਹੀ ਉਹਦਾ ਨੁਕਸਾਨ ਕੀ ਹੋਇਆ ਕਿ ਜਿੰਨਾ ਸਾਡੇ ਪੁਰਾਣ ਜਿੰਨੇ ਸਾਡੇ ਵੇਦ ਔਰ ਸ਼ਾਸਤਰ ਨੇ ਉਪਨਿਸ਼ਦ ਨੇ ਜਿਹਨਾਂ ਵਿੱਚ ਗਿਆਨ ਦੀ ਬਹੁਤ ਵੱਡੀ ਧਾਰਾ ਪ੍ਰਵਾਹਿਤ ਹੈ ਔਰ ਪੰਜਾਬੀਆਂ ਦੇ ਲੋਕ ਮਨ ਦੇ ਵਿੱਚ ਵਸੀ ਹੋਈ ਹੈ ਤੁਸੀਂ ਆਪ ਅਨਪੜ੍ਹ ਬੰਦੇ ਨੂੰ ਪੁੱਛ ਲਓ ਉਹ ਤਾਂ ਮਹਾਭਾਰਤ ਰਾਮਾਇਣ ਉਪਨਿਸ਼ਦਾਂ ਦੀ ਸਾਰੀ ਕਹਾਣੀ ਜਾਣਦਾ ਹੈ ਅੰਗਰੇਜ਼ੀ ਪੜ੍ਹੇ ਕਿੰਨੇ ਅਸੀਂ ਬੋਲੇ ਜਾ ਰਹੇ ਇਸ ਕੰਟੈਕਸਟ ਦੇ ਵਿੱਚ ਜਿਹੜੀ ਗੱਲ ਸ਼ੁਰੂ ਕੀਤੀ ਡਾਕਟਰ ਮਨਮੋਹਨ ਨਾਲ ਸਾਡੇ ਦੋਸਤਾਂ ਨੇ ਉਹ ਇਹ ਸੀ ਕਿ ਪੰਜਾਬੀਆਂ ਨੂੰ ਆਪਣੇ ਵਿਰਸੇ ਦੀ ਉਸ ਗੌਰਵਮਈ ਪਰੰਪਰਾ ਨਾਲ ਜੋੜਨ ਦੀ ਲੋੜ ਹੈ ਜਿਹੜਾ ਵਿਰਸਾ ਹੜੱਪਾ ਅਤੇ ਮੋਹਨਜੋਦਾਰੋ ਦੀ ਸਭਿਅਤਾ ਤੋਂ ਚੱਲਦਾ ਹੈ ਅਤੇ ਹੁਣ ਤੱਕ ਪਹੁੰਚਦਾ ਔਰ ਉਸ ਨੂੰ
ਇਹ ਪੜ੍ਹਾਇਆ ਗਿਆ ਕਿ ਤੁਹਾਡੇ ਕੋਲ ਗਿਆਨ ਹੀ ਕੋਈ ਨਹੀਂ, ਸਿਰਫ ਭਰਮ ਹੈ। ਧਰਮ ਵੀ ਭਰਮ ਹੈ, ਮਿੱਥ ਵੀ ਭਰਮ ਹੈ, ਮੈਟਾਫਿਜ਼ਿਕਸ ਵੀ ਭਰਮ ਹੈ। ਹੁਣ ਉਹ ਵੀ ਵਿਦਵਾਨ ਪੋਸਟ ਮਾਡਰਨਿਜ਼ਮ ਦੇ ਆ ਕੇ ਵਿੱਚ ਆ ਕੇ ਹੁਣ ਉਹ ਮੰਨ ਰਹੇ ਨੇ ਕਿ ਇਹ ਜਿਹੜਾ ਪੂਰਵੀ ਗਿਆਨ ਹੈ, ਪੂਰਵੀ ਗਿਆਨ ਦੇ ਵਿੱਚ ਚੀਨ ਅਤੇ ਭਾਰਤ, ਉਹਦੇ ਚੋਂ ਭਾਰਤ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਇਹ ਇਹਦਾ ਜਿਹੜਾ ਗਿਆਨ ਹੈ ਇਹ ਵੀ ਪੈਰਲਲ ਸਮਾਨਤਰ ਗਿਆਨ ਪ੍ਰਬੰਧ ਹੈ। ਇਹਨਾਂ ਕੋਲ ਵੀ ਗਿਆਨ ਦਾ ਇੱਕ ਆਪਣਾ ਇੱਕ ਸੰਸਾਰ ਹੈ। ਮੈਂ ਇਹ ਸੋਚਦਾ ਕਿ ਡਾਕਟਰ ਗੁਰੂ ਨੂੰ ਇਸ ਸਿਮਰਤੀ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਉਹਨਾਂ ਦੇ ਦੱਸੇ ਹੋਏ ਵਿਜ਼ਨ ਨੂੰ ਅਸੀਂ ਸਾਰੇ ਉਸੇ ਤਨਦੇਹੀ ਨਾਲ ਕਬੂਲ ਕਰੀਏ ਅਤੇ ਪੰਜਾਬੀ ਦੇ ਸਾਂਝੇ ਜਿਹੜੇ ਸਾਡੇ ਸੋਮੇ ਨੇ ਉਹਦੀ ਸਰਬ ਸਾਂਝ ਹੈ ਜਿਹੜੀ, ਉਸ ਨੂੰ ਚਿਤਵੀ ਚਿਤਾਰੀ